ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸ ਨਿਰਮਕੁਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰਨਾ ਬੈਠੇ ਹਨ ਆਉਣਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਅੱਜ 12/2 2014 29 ਵਿਸਾਖ ਨਾਲ ਨੂੰ ਸ਼ਹੀਦ ਸਮੰਦ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕੈਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਐਮ ਉਸ ਅ ਵੀਕਐਂਡ ਸੰਡੇ ਗੁਰਦੁਆਰਾ ਸਾਹਿਬ ਫਿਲਡੈਲਫੀਆ ਜਿਹੜਾ ਪੈਂਸਿਲਵੇਨੀਆ ਸਟੇਟ ਚ ਹੈ ਜੀ ਗੁਰਦੁਆਰਾ ਕਮੇਟੀ ਨੇ ਈਸਟ ਕੋਸਟ ਦੀਆਂ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਤਾਨ ਡੈਕਲੇਰੇਸ਼ਨ ਡੇ ਦੀ 28ਵੀਂ ਵਰੇਗੰਡ ਨੂੰ ਸਮਰਪਿਤ ਸਮਾਗਮ ਰੱਖਿਆ ਸੀ ਜੀ ਜਿਸ ਨੂੰ ਜਿਹੜਾ ਸਾਡੀ ਟੀਵੀ 84 ਦੀ ਟੀਮ ਨੇ ਵੀ ਫੁਲੀ ਕਵਰ ਕੀਤਾ ਉਹਨੂੰ ਲਗਭਗ 22 ਘੰਟੇ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਹੈ ਜੀ ਰੌਣਕ ਵਾਲੇ ਦਿਨਾਂ 'ਚ ਇਹ ਜਿਹੜਾ ਹੈ ਜੇ ਸਪੈਸ਼ਲ ਪ੍ਰੋਗਰਾਮ ਜਿਹੜਾ ਉਹ ਬ੍ਰਾਡਕਾਸਟ ਵੀ ਕੀਤਾ ਜਾਏਗਾ ਜੀ ਜੀ ਇਸ ਫੰਕਸ਼ਨ ਦੇ ਵਿੱਚ ਨਿਊਯਾਰਕ, ਵਾਸ਼ਿੰਗਟਨ, ਨਿਊ ਜਰਸੀ ਸਾਰਿਆਂ ਹੀ ਥਾਵਾਂ ਤੋਂ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹਨਾਂ ਨੇ ਪਾਰਟਿਸਪੇਟ ਵੀ ਕੀਤਾ ਹੈ ਪੰਜ ਪਿਆਰਿਆਂ ਨੇ ਨਿਸ਼ਾਨ ਸਾਹਿਬ ਨੂੰ ਸਲੂਟ ਦੇ ਕੇ ਖਾਲਸਾ ਜਿੰਦਾਬਾਦ ਦਾ ਜਿਹੜੀ ਆਪਣੀ ਸਾਡੀ ਪ੍ਰਣ ਦੌਰਾਨ ਦੀ ਗੱਲ ਹੈ ਇਸ ਮੌਕੇ ਤੇ ਉਸ ਨੂੰ ਹੋਰ ਵੀ ਸਟਰੈਂਥ ਦਿੱਤੀ ਜੀ ਔਰ ਸਾਨੂੰ ਵੀ ਲਗਭਗ ਹੀ ਕੈਂਟ ਸੰਕਟਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਜ ਜਿਹਦੇ ਚ ਅਸੀਂ ਬੜੇ ਵੀਰਵੇ ਦੇ ਨਾਲ ਕਿ ਇਸ ਡੈਕਲੇਰੇਸ਼ਨ ਡੇ ਦੀ ਕੀ ਅਹਿਮੀਅਤ ਹੈ ਔਰ ਕਿਵੇਂ ਕਿਉਂਕਿ ਫਿਲਾਡਲਫੀਆ ਉਹ ਸ਼ਹਿਰ ਹੈ ਜਿੱਥੇ 4 ਜੁਲਾਈ 1776 ਨੂੰ 13 ਕਲੋਨੀਜ਼ ਜਿਹੜੀਆਂ ਬ੍ਰਿਟਿਸ਼ ਕਲੋਨੀ ਸੀ ਉਹਨਾਂ ਦੇ ਨਮਾਇੰਦਿਆਂ ਨੇ ਮਿਲ ਕੇ ਜਿਹੜੇ ਟੋਮਸ ਜੈਫਰਸਨ ਦੀ ਲਿਖੀ ਹੋਈ ਜਿਹੜੀ ਅਮਰੀਕਾ ਦੀ ਆਜ਼ਾਦੀ ਘੋਸ਼ਣਾ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਉਹ ਫਿਲਡੈਲਫੀਆ ਚ ਇਹਨਾਂ ਨੇ ਜਾਰੀ ਕੀਤੀ ਸੀ ਜੀ ਰੱਜ ਵੀ ਫਿਲਡੈਲਫੀਆ ਦੇ ਵਿੱਚ ਲਿਬਰਟੀ ਬੈਲ ਵੀ ਮੌਜੂਦ ਹੈ ਵੱਡੀ ਜਿਹੜੀ ਘੰਟੀ ਕੇ ਆਜ਼ਾਦੀ ਦੇ ਇਸ ਡੈਕਲੇਰੇਸ਼ਨ ਦੇ ਵੇਲੇ ਵਜਾਈ ਗਈ ਸੀ ਔਰ ਮੈਸੇਜ ਦਿੱਤਾ ਗਿਆ ਸੀ ਕਿ ਹੁਣ ਅਸੀਂ ਗੁਲਾਮੀ ਨਹੀਂ ਕਬੂਲਾਂਗੇ ਸੋ ਬੇਸ਼ੱਕ ਇਸ ਕੌਸ ਤੇ ਗੁਰੂ ਵੀ ਵੱਡੇ ਵੱਡੇ ਗੁਰਦਾਰਾ ਸਹਿਬਾਨ ਨੇ ਪਰ ਫਿਲਡੈਲਫੀਆ ਦੀ ਚੋਣ ਵੀ ਇਸ ਮਾਰਗਮ ਦੇ ਲਈ ਸੈਲੀ ਕੀਤੀ ਗਈ ਤਾਂ ਕਿ ਇਹ ਮੈਸੇਜ ਆਏ ਕਿ ਜਿਵੇਂ 4 ਜੁਲਾਈ 1776 ਨੂੰ 13 ਕਲੋਨੀਆਂਜ਼ ਨੇ ਇਸੇ ਸ਼ਹਿਰ ਚੋਂ ਡੈਕਲੇਰੇਸ਼ਨ ਕੀਤੀ ਸੀ 인ਡੀਪੈਂਡੈਂਸ ਦੀ ਜੀ ਅ ਇਸੇ ਤਰ੍ਹਾਂ 28 ਸਾਲ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਪੰਜ ਪੰਥਕ ਕਮੇਟੀ ਦੇ ਮੈਂਬਰਾਂ ਨੇ ਬਾਬਾ ਗੁਰਬਚਨ ਸਿੰਘ ਮਾਨ ਨੂੰ ਚਾਲ ਦੀ ਅਗਵਾਈ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਖਾਲਸਤਾਨ ਦੀ ਕੀਤੀ ਉਹਦੀ 28ਵੇਂ ਬਰੇਗੰਡ ਅਸੀਂ ਇੱਥੇ ਮਨਾ ਕੇ ਮੈਸੇਜ ਦੇ ਰਹੇ ਹਾਂ ਜੀ ਕਿ ਜਿਵੇਂ ਇਥੋਂ ਦੇ ਆਜ਼ਾਦੀ ਘੋਸ਼ਣਾ ਪੱਤਰ ਤੋਂ ਬਾਅਦ ਫਿਰ ਆਰਾਮ ਨਾਲ ਨਹੀਂ ਸਨ ਬੈਠੇ ਅਮਰੀਕਾ ਨੂੰ ਲੜੇ ਔਰ ਅਖੀਰ ਆਜ ਅਮਰੀਕਾ ਦੁਨੀਆ ਦੀ ਇੱਕ ਵੱਡੀ ਹੋਪ ਹੈ ਔਰ ਦੁਨੀਆ 'ਚ ਕਿਤੇ ਵੀ ਕੋਈ ਬੈਠਾ ਅਮਰੀਕਾ ਜਾਣਾ ਚਾਹੁੰਦਾ ਹੈ ਅਮਰੀਕਾ 'ਚ ਸੈਟਲ ਹੋਣਾ ਚਾਹੁੰਦਾ ਹੈ ਜੀ ਇਸੇ ਤਰ੍ਹਾਂ ਹੀ ਖਾਲਸਤਾਨ ਵੀ ਨਾ ਸਿਰਫ ਸਾਊਥ ਏਸ਼ੀਆ 'ਚ ਬਲਕਿ ਦੁਨੀਆ 'ਚ ਆਪਣੀ ਹੋਂਤ ਬਹੁਤ ਜਲਦੀ ਬਾਅਦ ਫਰਸਟ ਵਰਲਡ ਕੰਟਰੀ ਦੇ ਤੌਰ ਤੇ ਇੱਕ ਆਸਤੀ ਕਰਨ ਲੈ ਕੇ ਆਏਗਾ ਔਰ ਜਿਹੜਾ ਉਹਦਾ ਨਿਜ਼ਾਮ ਹੈ ਪ੍ਰਬੰਧ ਕੀ ਢਾਂਚਾ ਹੈ ਉਸ ਦੀ ਪ੍ਰੋਸਪਰਿਟੀ ਹੈ ਇਹ ਦੁਨੀਆ ਪਰ ਦੇ ਲੋਕਾਂ ਲਈ ਇੱਕ ਖਿੱਚ ਦਾ ਕਾਰਨ ਹੋਏਗੀ ਸੋ ਇਹ ਸਾਡਾ ਮੁਖ ਸਮਾਗਮ ਐਤਵਾਰ ਦਾ ਸੀ ਜੀ ਜਿਹੜੇ ਮੁੱਦਿਆਂ ਦੇ ਉੱਤੇ ਮੈਂ ਅੱਜ ਦੋ ਮੇਨ ਇਸ਼ੂ ਚੁਣੇ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿਉਂਕਿ ਵਿਚਾਰ ਸੈਚਰਡੇ ਸੰਡੇ ਸੀ ਔਰ ਮੁੱਦੇ ਦੋਨੋਂ ਹੀ ਜਿਹੜੇ ਨੇ ਭਾਵੇਂ ਪਿਛਲੇ ਹਫਤੇ ਨਾਲ ਸੰਬੰਧਤ ਨੇ ਪਰ ਉਹਨਾਂ ਦੀ ਇੱਕ ਅਹਿਮੀਅਤ ਹੈ ਅ ਬੇਸ਼ੱਕ ਅਸੀਂ ਪਿਛਲੇ ਫਰਾਈਡੇ ਦੇ ਸ਼ੋਅ 'ਚ ਕੁਲਜੀਤ ਸਿੰਘ ਟਾਟ ਦੇ ਕੇਸ ਨੂੰ ਬੜੇ ਵੇਰਵੇ ਨਾਲ ਡਿਸਕਸ ਕੀਤਾ ਸੀ ਜੀ ਕਿ ਕਿਵੇਂ ਅ ਇਸ ਕੇਸ ਦੇ ਲਈ ਜਿਹੜੇ ਕਿ ਕੁਲਜੀਤ ਸਿੰਘ ਟਾਟ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਪ੍ਰਕਾਸ਼ ਕੌਰ ਜਿਹੜੇ ਕਿ 90 ਸਾਲ ਤੋਂ ਜ਼ਿਆਦਾ ਹੁਣ ਉਮਰ ਦੇ ਨੇ ਉਹਨਾਂ ਨੇ ਔਰ ਲਗਭਗ 30 ਸਾਲ ਤੋਂ ਜ਼ਿਆਦਾ ਸਮਾਂ ਇਸ ਸਾਰੇ ਦੌਰ ਨੂੰ ਲੰਗਾਇਆ ਦੇਖਿਆ ਜੀ ਜਦੋਂ ਇਹ ਵਾਕਿਆ ਹੁੰਦਾ ਹੈ ਸਵਿਆਂ ਦੇ ਅਖੀਰ ਤੇ ਉਹ ਕਿਵੇਂ ਉਹਨਾਂ ਨੇ ਇਹ ਸਾਰੇ ਕੇਸ ਨੂੰ ਲੜਿਆ ਔਰ ਅਖੀਰ ਸਜ਼ਾ ਕੀ ਹੋਈ ਕਿ 5 ਸਾਲ ਤੋਂ ਵੀ ਘੱਟ ਜਿਹੜੀ ਹੈ ਉਹ ਦੋ ਤਿੰਨ ਮਰ ਚੁੱਕੇ ਨੇ ਜਿਹੜੇ ਬੱਚੇ ਦੋ ਤਿੰਨ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਜੀ ਮੈਨੂੰ ਖੁਸ਼ੀ ਵੀ ਹੋਈ ਹੈਰਾਨੀ ਵੀ ਹੋਈ ਇਸ ਗੱਲ ਦੇ ਉੱਤੇ ਕਿ ਟ੍ਰਿਬਿਊਨ ਅਖਬਾਰ ਜਿਹੜਾ ਕਿ ਹਮੇਸ਼ਾ ਹੀ ਆਰੀਆ ਸਮਾਜੀ ਅਖਬਾਰ ਹੈ ਉਹਨਾਂ ਦਾ ਹਮੇਸ਼ਾ ਜ਼ੋਰ ਲੱਗਾ ਹੁੰਦਾ ਹੈ ਵੀ ਸਿੱਖਾਂ ਦੀ ਮੂਵਮੈਂਟ ਨੂੰ ਕਿਵੇਂ ਉਹਨਾਂ ਨੇ ਬਦਨਾਮ ਕਰਨਾ ਹੈ ਔਰ ਹਮੇਸ਼ਾ ਸਰਕਾਰ ਦਾ ਪੱਖ ਪੂਰਦੇ ਨੇ ਅ ਇਸ ਮੁੱਦੇ ਦੇ ਉੱਤੇ ਟ੍ਰਿਬਿਊਨ ਨੇ ਵੀ ਆਪਣਾ ਇੱਕ ਐਡੀਟੋਰੀਅਲ ਲਿਖਿਆ ਜੀ ਕਿ ਕਿਵੇਂ ਇਹ ਡਿਨਾਇਲ ਆਫ ਜਸਟਿਸ ਹੈ ਅੱਜਕੱਲ ਟ੍ਰਿਬਿਊਨ ਦਾ ਜਿਹੜਾ ਥੋੜਾ ਜਿਹਾ ਚੱਲ ਰਿਹਾ ਹੈ ਬਾਦਲਖਿਆਂ ਦੇ ਨਾਲ ਟਕਰਾਅ ਜੀ ਸੋ ਉਹ ਮੈਂ ਜਿਹੜਾ ਬੜਾ ਬਰੀਫ ਐਡੀਟੋਰੀਅਲ ਇਹ ਮੈਂ ਦੱਸਣਾ ਚਾਹੁੰਦਾ ਆਂ ਵੀ ਇਹ ਜਿਹੜਾ ਅੱਜ ਜਿਹੜੀ ਇਨਜਸਟਿਸ ਦੀ ਗੱਲ ਸਾਹਮਣੇ ਆਈ ਏ ਉਹਦੇ ਬਾਰੇ ਹੁਣ ਇਹਨਾਂ ਦੀ ਲਿਖਣਾ ਕੀ ਮਜਬੂਰੀ ਏ ਜਾਂ ਜਿਹੜੀਆਂ ਜਿਨ੍ਹਾਂ ਨੇ ਕਦੇ ਸਿੱਖਾਂ ਦੇ ਲਈ ਹਾ ਦਾ ਨਾਰਾ ਮਾਰਨਾ ਤਾਂ ਦੂਰ ਦੀ ਗੱਲ ਕੇਪੀ ਗਿੱਲ ਨੂੰ ਸੁਪਰ ਕੌਪ ਜਿਹਦੀ ਇਹ ਹਕੂਮਤ ਥੱਲੇ ਕਿਲਿੰਗਸ ਹੁੰਦੀਆਂ ਰਹੀਆਂ ਉਸ ਤੋਂ ਪਹਿਲਾਂ ਪੁਲਿਸ ਤੰਤਰ ਦਾ ਜੀ ਸੋ ਇਹ ਦਿਲਚਸਪ ਉਹਨਾਂ ਦਾ ਐਡੀਟੋਰੀਅਲ ਏ ਔਰ ਇਹ ਅ ਐਡੀਟੋਰੀਅਲ ਦਾ ਸਿਰਲੇਖ ਹੈ ਜਸਟਿਸ ਡਿਲੇਡ ਅਗੇਨ ਪੰਜਾਬ ਮਸਟ ਐਨਫੋਰਸ ਦਾ ਰੂਲ ਆਫ ਲਾ ਐਡੀਟੋਰੀਅਲ ਹੈ ਖਬਰ ਨਹੀਂ ਜੀ ਕਿ ਫੇਰ ਜਿਹੜਾ ਇਨਸਾਫ ਦੇਣ ਦੇ ਵਿੱਚ ਦੇਰੀ ਹੋਈ ਪੰਜਾਬ ਨੂੰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਚਾਹੀਦਾ ਜੀ ਔਰ ਇਹਦੀ ਅਗਲੀ ਸ਼ੁਰੂਆਤ ਹੈ ਇ ਟੁਕ ਦਾ ਜਸਟਿਸ ਸਿਸਟਮ 25 ইয়ার্স ਟੂ ਕਨਵਿਕ 3 ਫਾਰਮਰ ਪੁਲਿਸਮੈਨ ਕਿ ਪੂਤਪੂਰਵ ਤਿੰਨ ਪੁਲਿਸ ਕਰਮਚਾਰੀਆਂ ਨੂੰ ਸਜ਼ਾ ਦੇਣ ਲਈ ਜਸਟਿਸ ਸਿਸਟਮ ਨੂੰ 25 ਸਾਲ ਲੱਗੇ ਜੀ ਦਾ ਫੈਮਿਲੀ दैट ਹੈਜ਼ ਲੌਸਟ ਅ ਸਨ ਇਜ਼ 언ਹੈਪੀ ਵਿਦ द ਗਵਰਨਮੈਂਟ ਆਫ ਜਸਟ 5 ইয়ার্স জেল ਐਂਡ ਪਲਾਨਸ ਟੂ ਚੈਲੰਜ ਇਟ ਉਹ ਪਰਿਵਾਰ ਜਿਨ੍ਹਾਂ ਨੇ ਆਪਣੇ ਪਰਿਵਾਰ ਜਿਨ੍ਹਾਂ ਦਾ ਬੱਚਾ ਮਾਰਿਆ ਗਿਆ ਉਹ ਇਸ ਫੈਸਲੇ ਤੋਂ ਨਾ ਖੁਸ਼ ਨੇ ਔਰ ਇਸ ਦੇ ਅੱਗੋਂ ਅਪੀਲ ਕਰਨਾ ਚਾਹੁੰਦੇ ਨੇ ਲਾਈਕ ਕੁਲਜੀਤ ਸਿੰਘ ਟੱਟ ਮੈਨੀ ਯੂਥਸ ਹੈਵ ਡਿਸ ਅਪੀਅਰਡ ਇਨ ਪੰਜਾਬ ਡਿਊਰਿੰਗ ਦਾ ਡੇਜ਼ ਆਫ ਮਿਲਿਟੈਂਸੀ ਕੁਲਜੀਤ ਸਿੰਘ ਟੱਟ ਦੀ ਤਰ੍ਹਾਂ ਬਹੁਤ ਸਾਰੇ ਨੌਜਵਾਨ ਪੰਜਾਬ ਚ ਖਾੜਕੂਵਾਦ ਦੇ ਦੌਰ ਦੇ ਵਿੱਚ ਗਾਇਬ ਕਰ ਦਿੱਤੇ ਗਏ ਜਾਂ ਅਲੋਪ ਕਰ ਦਿੱਤੇ ਗਏ ਜੀ ਪੁਲਿਸmen who eliminated youths in fake encounters have escaped punishment or got away lightly ਜਿਨ੍ਹਾਂ ਪੁਲਸੀਆਂ ਨੇ ਉਹਨਾਂ ਨੌਜਵਾਨਾਂ ਨੂੰ ਗਾਇਬ ਕੀਤਾ ਉਹਨਾਂ ਉਹ ਜਿਹੜੇ ਨੇ ਉਹਨਾਂ ਨੂੰ ਕਦੇ ਸਜ਼ਾ ਨਹੀਂ ਮਿਲੀ ਜਾਂ ਬੜੀ ਹਲਕੀ ਸਜ਼ਾ ਦੇ ਨਾਲ ਉਹ ਬਚ ਜਾਂਦੇ ਰਹੇ ਜੀ among those fighting for justice is shaheed bhagat singh's sister as kuljeet was her son-in-law's brother insaaf land layi jehde lade ya lad rahe ne ohna shaheed bhagat singh di paan vi hai jehdi ke kuljeet di jehdi hai jawaid de de bhra jehda us de layi lad rahi hai ji even her age paave us di umar she is 96 so 96 saal di ਐਂਡ ਸੋਸ਼ਲ ਸਟੇਟਸ ਉਹਨਾਂ ਦਾ ਜਿਹੜਾ ਸਮਾਜਿਕ ਰੁਤਬਾ ਬਹੁਤ ਉੱਚਾ ਹੈ ਭਗਤ ਸਿੰਘ ਦੀ ਭੈਣ ਹੋਣ ਕਰਕੇ ਓਨ ਅਕਾਉਂਟ ਆਫ ਈing ਅ ਮਾਰਟਾਇਰ ਸਿਸਟਰ ਹੈਵ ਨਾਟ ਹੈਲਪਡ ਹਰ ਉਸ ਨੂੰ ਵੀ ਇਨਸਾਫ ਨਹੀਂ ਮਿਲਿਆ ਇਹਦੇ باوجود ਕਿ ਉਹ 96 ਸਾਲ ਦੀ ਹੈ ਔਰ ਉਹ ਸ਼ਹੀਦ ਭਗਤ ਸਿੰਘ ਦੀ ਭੈਣ ਹੈ ਇਸ ਦੇ ਬਾਵਜੂਦ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਸ਼ੀ 무ਵਡ ਫਰਮ ਕੋਰਟ ਟੂ ਕੋਰਟ ਫਾਰ ਅ ਫਾਸਟਰ ਟਰਾਇਲ ਉਹ ਇੱਕ ਅਦਾਲਤ ਤੋਂ ਦੂਸਰੀ ਅਦਾਲਤ 'ਚ ਉਹਨੇ ਭੱਜ ਦੌੜ ਕੀਤੀ ਤਾਂ ਕਿ ਤੇਜ਼ੀ ਨਾਲ ਮੁਕਦਮੇ ਦਾ ਫੈਸਲਾ ਹੋਏ the victims family has learned the hard way that regardless of the party in power government machinery usually comes to the rescue of accused policeman ke jehde peedit parivar ne jinna de vich bibi prakash kaur shamil ne unna ne bade mushkil naal eh jehda sabak sikhe ke jehdi marzi sarkar power de vich hoye ਉਹ ਹਮੇਸ਼ਾ ਹੀ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਦੀ ਮਦਦ ਕਰਨਗੇ ਔਰ ਕਦੇ ਪੀੜਤਾਂ ਨੂੰ ਇਨਸਾਫ ਨਹੀਂ ਦੇਣਗੇ ਜੀ ਹਾਊ ਕੈਨ ਵਨ ਐਕਸਪੈਕਟ ਪੁਲਿਸਮੈਨ ਟੂ ਪ੍ਰੋਸੀਕਿਊਟ देयर ਓਨ ਇਵਨ ਇਫ ਅਕਿਊਜ਼ਡ ਆਫ ਕਮਿਟਿੰਗ ਹੀਨਸ ਕਰਾਈਮਸ ਪੁਲਸੀਏ ਆਪਣੀ نسل ਦੇਆਂ ਨੂੰ ਕਿਉਂ ਜਿਹੜਾ ਉਹ ਸਜ਼ਾ ਦੇਣਗੇ ਇਹਦੇ ਬਾਵਜੂਦ ਇਹ ਜਾਣਦੇ ਹੋયા ਵੀ ਕਿ ਉਹਨਾਂ ਨੇ ਕਿੰਨੇ ਅਣਮਨੁੱਖੀ ਜਾਂ ਜਾਂ ਜਿਹਨੂੰ ਅਸੀਂ ਹੀਨਸ ਕਰਾਈਮ ਹੁੰਦਾ ਹੈ ਪਸ਼ੂਆਂ ਤੋਂ ਵੱਧਰ ਜਿਹੜਾ ਬਹੁਤ ਜ਼ਾਲਮਾਨਾ ਕਾਰਵਾਈਆਂ ਕੀਤੀਆਂ ਨੇ ਜੀ ਨਖਿੱਦੀ ਯੋਗ ਕਰਮ ਕੀਤੇ ਨੇ ਪੀਪਲ ਹੈਵ ਪੇਡ ਅ ਹੈਵੀ ਪ੍ਰਾਈਸ ਫॉर ਬੈਡ ਗਵਰਨੈਂਸ ਐਂਡ ਦਾ ਨੀਅਰ ਐਬਸੈਂਸ ਆਫ ਦਾ ਰੂਲ ਆਫ ਲਾਅ ਇਨ ਪੰਜਾਬ ਫॉर ਲੌਂਗ ইयर्स ਮਾੜੀ ਸਰਕਾਰ ਦੀ ਹੋਣ ਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਸਫਰ ਕੀਤਾ ਹੈ ਔਰ ਪੰਜਾਬ ਦੇ ਵਿੱਚ ਕਈ ਸਾਲ ਕੋਈ ਕਾਨੂੰਨ ਦਾ ਰਾਜ ਨਹੀਂ ਰਿਹਾ ਕੋਈ ਜਣੀ ਇਲੀਗਲ ਉੱਥੇ ਰਹਿ ਲਾਅ ਹੈ ਹੀ ਨਹੀਂ ਸੀ ਜੰਗਲ ਦਾ ਰਾਜ ਰਿਹਾ on the other hand the punjab government has set up a fund to help police men charged with staging encounters dusre pas se punjab sarkar ne jinna ne chuthe police mukable banaye ne police ye unna di madad de layi khaas fund banaye hoye ne fund sthapit kite on the other hand punjab government has set up a fund to help police men charged with staging encounters and eliminating those they believed were militants or criminals ਕਿ ਉਹਨਾਂ ਦੇ ਉਲਟ ਜਿਨ੍ਹਾਂ ਨੂੰ ਉਹਨਾਂ ਨੇ ਲੇਬਲ ਕੀਤਾ ਹੋਇਆ ਹੈ ਕਿ ਵੀ ਇਹ ਜਾਂ ਖਾੜਕੂ ਨੇ ਇਥੇ ਜਾਂ ਅਪਰਾਧੀ ਨੇ ਜੀ ਔਰ ਆਨ ਦਾ ਅਦਰ ਇਟ ਇਜ਼ ਸੁਪੋਜ਼ ਟੂ ਐਨਸ਼ੋਰ ਦੈਟ ਦੋਜ਼ ਹੂ ਸਫਰ ਐਟ ਦ ਹੈਂਡਸ ਆਫ ਦ ਲਾ ਐਨਫੋਰਸਮੈਂਟ ਏਜੰਸੀਜ਼ ਆਰ ਡਿਲੀਵਰਡ ਪ੍ਰੋਟੈਕਸ਼ਨ ਐਂਡ ਜਸਟਿਸ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਔਰ ਇਨਸਾਫ ਦੇਣ ਦੇ ਲਈ ਜਿਨ੍ਹਾਂ ਨੇ ਨਾ ਜ਼ਾਲਮ ਪੁਲਸੀਆਂ ਦੇ ਹੱਥੋਂ ਸਫਰ ਕੀਤਾ ਕੋਈ ਚਾਰਾ ਜੋ ਵੀ ਕਰਦੀ ਇਸ ਦੇ ਉਲਟ ਉਹਨਾਂ ਨੇ ਉਹਨਾਂ ਪੁਲਸੀਆਂ ਨੂੰ ਬਚਾਉਣ ਦੇ ਲਈ ਜਿਹੜਾ ਉਹ ਫੰਡ ਸਥਾਪਿਤ ਕੀਤਾ ਹੋਇਆ ਔਰ ਉਹਨਾਂ ਦੀ ਮਦਦ ਕਰਦੇ ਨੇ। ਲਾਸਟ ਪੈਰਾਗ੍ਰਾਫ ਇਨ ਦੀ ਪੰਜਾਬ ਗਵਰਨਮੈਂਟ ਹੈਜ਼ ਨਾਟ ਓਨਲੀ ਕੈਪਟਨ ਸਰਵਿਸ ਕਨਵਿਕਟਿਡ ਪੁਲਿਸ ਆਫਿਸਰਸ ਪੰਜਾਬ ਸਰਕਾਰ ਨੇ ਨਾ ਸਿਰਫ ਦੋਸ਼ੀ ਪੁਲਿਸ ਅਫਸਰਾਂ ਦੀਆਂ ਨੌਕਰੀਆਂ ਤੇ ਉਹਨਾਂ ਨੂੰ ਬਹਾਲ ਰੱਖਿਆ ਬਟ ਆਲਸੋ ਪ੍ਰੋਮੋਟਿਡ ਐਂਡ ਡੈਕੋਰੇਟਿਡ ਸਮ ਆਫ ਥੈਮ ਰਾਦਰ ਉਹਨਾਂ ਚੋਂ ਬਹੁਤਿਆਂ ਨੂੰ ਸਨਮਾਨ ਵੀ ਦਿੱਤੇ ਨੇ ਔਰ ਉਹਨਾਂ ਦੇ ਉਹਨੂੰ ਪ੍ਰੋਮੋਟ ਵੀ ਕੀਤਾ ਉਹਨਾਂ ਨੂੰ ਉੱਪਰਲੇ ਅਹੁਦਿਆਂ ਤੇ ਪਹੁੰਚਾਇਆ ਜੀ ਐਸ ਐਸ ਸੈਣੀ ਵਾਸ ਮੇਡ ਡੀਜੀਪੀ ਡਿਸਪਾਈਟ ਫੇਸਿੰਗ ਅ ਮਰਡਰ ਕੇਸ ਸੁਮੇਦ ਸੈਣੀ ਨੂੰ ਇਹਦੇ ਬਾਵਜੂਦ ਕਿ ਉਸ ਦੇ ਉੱਤੇ ਕਤਲ ਦਾ ਮੁਕਦਮਾ ਚੱਲ ਰਿਹਾ ਹੈ ਉਸ ਨੂੰ ਡਾਇਰੈਕਟਰ ਜਨਰਲ ਪੁਲਿਸ ਲਾਇਆ ਗਿਆ ਜੀ ਡਿਸਪਲੀਸਡ ਵਿਦ ਦਾ ਪੰਜਾਬ ਗਵਰਨਮੈਂਟ ਰੀਇਨਸਟੇਟਿੰਗ ਪੁਲਿਸ ਆਫੀਸਰਸ ਕਨਵਿਕਟਡ ਬਾਈ ਕੋਰਟਸ ਆਫ ਲਾ ਦਾ ਦੈਨ ਐਕਟਿੰਗ ਚੀਫ ਜਸਟਿਸ ਐਮ ਐਮ ਕੁਮਾਰ ਆਫ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈਡ ਟੋਲਡ ਦਾ ਸਟੇਟ ਇਨ ਵਨ ਕੇਸ ਕਿ ਇਸ ਪੰਜਾਬ ਸਰਕਾਰ ਦੇ ਰਵਈਏ ਤੋਂ ਕਿ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਨੂੰ ਜਿਹੜਾ ਉਹ ਅਹੁਦਿਆਂ ਤੇ ਰੱਖਿਆ ਗਿਆ ਉੱਚੇ ਅਹੁਦਿਆਂ ਤੇ ਜਾਂ ਨੌਕਰੀਆਂ ਤੇ ਬਹਾਲ ਰੱਖਿਆ ਗਿਆ ਜੀ ਉਸ ਵੇਲੇ ਦੇ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਮ ਐਮ ਕੁਮਾਰ ਨੇ ਇੱਕ ਵਾਰ ਇਹ ਕਿਹਾ ਸੀ ਆਰ ਯੂ ਗੋਇੰਗ ਟੂ ਕੰਟੀਨਿਊ ਵਿਦ ਥੀਸ ਪੁਲਿਸ ਆਫਸਰਸ ਕਿ ਤੁਸੀਂ ਨਾ ਕਾਤਲ ਦੋਸਤਾਂ ਮਤਲਬ ਇਹ ਵੀ ਜਿਹੜੇ ਆਲਰੇਡੀ ਕਨਵਿਕਟਡ ਨੇ ਇਹਨਾਂ ਨੂੰ ਤੁਸੀਂ ਲਗਾਤਾਰਤਾ ਨਾਲ ਰੱਖੋਗੇ ਆਪਣੀ ਨੌਕਰੀ 'ਚ ਜੀ are you going to continue with these police officers the cases which we are looking into are of rape murder abduction ke eh yeah. jehde doshi pulisiye ne koi maade motte dosh layi zimewar nahi eh ta zabardasti layi rape layi qatl layi aur abduction agwa karan de dosh doshan de doshi ne ji take some action ਉਹਨਾਂ ਨੇ ਤੇ ਕਾਰਵਾਈ ਇਹ ਪੰਜਾਬ ਸਰਕਾਰ ਨੂੰ ਕਿਹਾ ਚੀਫ ਜਸਟਿਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੀ ਟੇਕ ਸਮ ਐਕਸ਼ਨ ਅਦਰਵਾਈਜ਼ ਵੀ ਵਿਲ ਕਮ ਡਾਊਨ ਹੈਵिली ਓਨ ਦਾ ਸਟੇਟ ਯੇਨਾਂ ਦੇ ਖਿਲਾਫ ਐਕਸ਼ਨ ਲਓ ਨਹੀਂ ਤਾਂ ਅਸੀਂ ਤੁਹਾਡੀ ਚੰਗੀ ਤਰ੍ਹਾਂ ਖਬਰ ਲਾਂਗੇ ਚਲੋ ਉਹਨੇ ਕਿਹਾ ਲੇਕਿਨ ਖਬਰ ਤਾਂ ਲਈ ਨਹੀਂ ਹੈ ਉਹ ਸਾਰੇ ਪ੍ਰਮੋਟ ਵੀ ਹੋਏ ਨੇ ਅੱਜ ਤੱਕ ਵੀ ਹੋ ਰਹੇ ਨੇ ਜੀ ਫ੍ਰੀਕੁਐਂਟ ਕੋਰਟ ਇਨਡੈਕਟਸਮੈਂਟ ਐਂਡ ਅਲਾਰਮਿੰਗ ਫਿਗਰਸ ਆਫ ਹਿਊਮਨ ਰਾਈਟਸ ਵਾਇਲੇਸ਼ਨਸ ਹੈਵ ਨਾਟ ਰਿਜ਼ਲਟਡ ਇਨ ਐਨੀ ਕਲੀਨ ਅਪ ਆਫ ਦਾ ਸਿਸਟਮ ਕਿ ਬੇਸ਼ੱਕ ਇਹਨਾਂ ਦੇ ਉੱਤੇ ਪੁਲਸੀਆਂ ਦੇ ਉੱਤੇ ਬਹੁਤ ਸਾਰੇ ਕੋਰਟ ਐਨਟਾਈਟਮੈਂਟs ਅਦਾਲਤ ਨੇ ਇਹਨਾਂ ਨੂੰ ਦੋਸ਼ੀ ਮੰਨੇ ਜੀ ਔਰ ਹਿਊਮਨ ਰਾਈਟਸ ਵਾਇਲੇਸ਼ਨਸ ਮਨੁੱਖੀ ਹੱਕਾਂ ਦੀ ਉਲੰਘਣਾਆਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਇਹਨਾਂ ਨੇ ਕੀਤੀਆਂ ਬਟ ਇਹਦੇ باوجود ਅੱਜ ਵੀ ਇਹ ਸਿਸਟਮ ਜਿਹੜਾ ਹੈ ਉਹਦੀ ਸਫਾਈ ਨਹੀਂ ਹੋਈ ਉਹ ਉਵੇਂ ਹੀ ਉਹਨਾਂ ਦੋਸ਼ੀਆਂ ਦਾ ਨਾਲ ਭਰਿਆ ਹੋਇਆ ਸੋ ਮੈਂ ਸਮਝਦਾ ਵੀ ਇਹ ਜੇ ਤੁਸੀਂ ਇਹ ਨਾ ਦੱਸੋ ਵੀ ਇਹ ਟ੍ਰਿਬਿਊਨ ਨੇ ਲਿਖਿਆ ਤੇ ਲੱਗਦਾ ਵੀ ਕਿਸੇ ਸਿੱਖ ਨੇ ਇਸ ਨੂੰ ਲਿਖਿਆ ਹੋਵੇਗਾ ਪਰ ਸਾਨੂੰ ਖੁਸ਼ੀ ਹੈ ਕਿ ਭਾਵੇਂ ਇਹਨਾਂ ਦੀ ਅੱਜਕੱਲ੍ਹ ਲਾਕਡਾਟ ਟ੍ਰਿਬਿਊਨ ਨੇ ਤਿੰਨ ਚਾਰ ਸਟੋਰੀਜ਼ ਬਾਦਲ ਦੇ ਟੱਬਰ ਦੀ ਕਿਵੇਂ ਕ腐ਪਸ਼ਨ ਹੈ ਇਸ ਦੇ ਉੱਤੇ ਵੀ ਕੱਢੀਆਂ ਨੇ ਜਿਹੜੀਆਂ ਅਜੇ ਤੱਕ ਚੈਲੰਜ ਨਹੀਂ ਹੋਈਆਂ ਕੋਈ ਅਦਾਰਾਚ ਮੁਕੱਦਮਾ ਨਹੀਂ ਹੋਇਆ ਜਿਹੜੀਆਂ ਸੱਚੀਆਂ ਨੇ ਪਰ ਇਹ ਸਾਰੀ ਜਾਣਕਾਰੀ ਜਿਹੜੀ ਅੱਜ ਟ੍ਰਿਬਿਊਨ ਦਾ ਐਡੀਟਰ ਲਿਖ ਰਿਹਾ ਹੈ ਇਹਨਾਂ ਨੂੰ ਪਹਿਲਾਂ ਕਿਹੜਾ ਨਹੀਂ ਸੀ ਪਤਾ ਜੀ ਜੀ ਔਰ ਇਹੀ ਟ੍ਰਿਬਿਊਨ ਦਾ ਜਿਹੜਾ ਪ੍ਰੇਮ ਪਾਰਟੀਆ ਕਿਸੇ ਵੇਲੇ ਇੰਦਰਾ ਗਾਂਧੀ ਨੂੰ ਤੋਂ ਲੈ ਕੇ ਜੋ ਵੀ ਐਕਸ਼ਨ ਸਿੱਖਾਂ ਤੇ ਜ਼ੁਲਮਾਂ ਦੇ ਸੀ ਉਹਨਾਂ ਨੂੰ ਉਹ ਪੂਰਾ ਸਲਾੰਦਾ ਸੀ ਪਰ ਫਿਰ ਵੀ ਅਸੀਂ ਸਮਝਦੇ ਆਂ ਕਿ ਜਦੋਂ ਕੋਈ ਦੁਸ਼ਮਣ ਖੈਮੇ ਦੇ ਵਿੱਚ ਬੈਠਾ ਹੋਇਆ ਹੈ ਇਸ ਕਿਸਮ ਦੀ ਸਚਾਈ ਨੂੰ ਬਿਆਨਦਾ ਤਾਂ ਫਿਰ ਜੋ ਅਸੀਂ ਲਗਾਤਾਰਤਾ ਦੇ ਨਾਲ ਕਹਿੰਦੇ ਰਹੇ ਔਰ ਜੇ ਇਹਨਾਂ ਗੱਲਾਂ ਨੂੰ ਦੇਖੀਏ ਐਗਜ਼ੈਕਟਲੀ ਜਦੋਂ ਅਸੀਂ ਕਮੈਂਟਰੀ ਕੀਤੀ ਹੈ ਕੁਲਜੀਤ ਟੱਟ ਕੇਸ ਦੇ ਉੱਤੇ ਇਹੀ ਗੱਲਾਂ ਅਸੀਂ ਕਹੀਆਂ ਨੇ ਲੇਕਿਨ ਅੱਜ ਟ੍ਰਿਬਿਊਨ ਅਖਬਾਰ ਦਾ ਜਿਹੜਾ ਇਸ ਦੇ ਉੱਤੇ ਕਮੈਂਟ ਜਿਹੜਾ ਹੈ ਇਹ ਰਿਮਾਰਕੀਬਲ ਗੱਲ ਹੈ ਦੂਸਰਾ ਜਿਹੜਾ ਜਿਹਨੂੰ ਮੈਂ ਬਰੀਫ ਪੇਸ਼ਕ ਸਮਾ ਹੋ ਗਿਆ ਜੀ ਸਤਲੁਜ ਯਮਨਾ ਲਿੰਕ ਨੈਰ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਪਿਆ ਹੈ ਅਸੀਂ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਕ੍ਰੈਡਿਟ ਦਿੰਨੇ ਆ ਕਿ ਉਸ ਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਜੀ ਪਾਸ ਕਰਕੇ ਉਸ ਨਹਿਰ ਨੂੰ ਰੁਕਵਾ ਦਿੱਤਾ ਸੀ ਪਰ ਇੱਕ ਫੈਸਲਾ ਜਿਹੜਾ ਕਿ ਸੁਪਰੀਮ ਕੋਰਟ ਦਾ ਪਿਛਲੇ ਹਫਤੇ ਆਇਆ ਹੈ ਜਿਹਨੂੰ ਆਲਮੋਸਟ ਸਿੱਖ মিডিਆ ਨੇ ਜਾਂ ਸਿੱਖ ਜੰਤਕਾ ਨੇ ਜਦਾ ਕੋਈ ਨੋਟਿਸ ਨਹੀਂ ਲਿਆ ਪਰ ਮੈਂ ਸਮਝਦਾ ਹਾਂ ਵੀ ਇਹ ਖਤਰੇ ਦੀ ਘੰਟੀ ਹੈ ਔਰ ਆਉਣ ਵਾਲੇ ਦਿਨਾਂ 'ਚ ਇਸ ਲਾਈਨ ਦੇ ਉੱਤੇ ਹੀ ਫੈਸਲਾ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਵੀ ਆਏਗਾ ਜਿਹਦੇ 'ਚ ਕੇ ਸੁਪਰੀਮ ਕੋਰਟ 2004 ਦੇ ਉਸ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਨੂੰ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਕ ਐਲਾਨੇਗੀ ਔਰ ਸਟੇਟ ਸਰਕਾਰ ਨੂੰ ਕਹੇਗੀ ਕਿ ਜਿਹੜਾ ਉਸ ਤੋਂ ਪਹਿਲਾਂ ਇਸ ਐਕਟ ਦੇ ਪਾਸ ਹੋਣ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਸੀ ਉਸ ਨੂੰ ਲਾਗੂ ਕਰਦਿਆ ਸਾਤ루 ਯਮਨਾ ਲਿੰਕ ਨੇ ਹਰਿਆਣਾ ਨੂੰ ਬਣਾ ਕੇ ਦਿੱਤੀ ਜਾਏ ਔਰ ਅਸੀਂ ਇਹ ਕੋਈ ਜੋਤਸ਼ੀ ਵਾਲਾ ਕੰਮ ਨਹੀਂ ਹੈ ਕਿ ਵੀ ਅਸੀਂ ਕਹਿ ਰਹੇ ਸਾਡਾ ਆਧਾਰ ਸੁਪਰੀਮ ਕੋਰਟ ਦਾ ਪਿਛਲੇ ਹਫਤੇ ਆਇਆ ਫੈਸਲਾ ਹੈ ਜਿਹੜਾ ਕਿ ਮੂਲਾ ਪਰਿਹਾਰ ਡੈਮ ਦੇ ਉੱਤੇ ਇਹ ਡੈਮ ਜਿਹੜਾ ਹੈ ਇਹ ਲਗਭਗ 119 ਸਾਲ ਪੁਰਾਣਾ ਹੈ ਔਰ ਕੇਰਲਾ ਔਰ ਤਾਮਿਲਨਾਡ ਦੋ ਸਟੇਟਾਂ ਦੇ ਬਾਰਡਰ ਦੇ ਉੱਤੇ ਬਣਿਆ ਹੋਇਆ ਜੀ ਔਰ ਕੁਝ ਸਮਾਂ ਪਹਿਲਾਂ ਅੱਜ ਤੋਂ ਕੁਝ ਸਾਲ ਪਹਿਲਾਂ ਤਾਮਿਲਨਾਡ ਨੇ ਇਹਦੀ ਜਿਹੜੀ ਉਚਾਈ ਸੀ ਇਹ 132 ਫੁੱਟ ਉੱਚਾ ਹੈ ਲੇਕਿਨ ਉਹਨਾਂ ਨੇ ਹੋਰ ਪਾਣੀ ਸਟੋਰ ਕਰਨ ਦੇ ਲਈ ਜਿਹੜਾ ਉਹਨੂੰ 136 ਫੁੱਟ ਉੱਚਾ ਕਰ ਲਿਆ ਔਰ ਸੁਪਰੀਮ ਕੋਰਟ ਚ ਵੀ ਉਹਨਾਂ ਨੇ ਇਸਦੀ ਕਲੀਅਰੈਂਸ ਹੋ ਗਈ ਉਸ ਤੋਂ ਬਾਅਦ ਹੀ ਉੱਚਾ ਕੀਤਾ ਕਿਉਂਕਿ ਕੰਟਰੋਲ ਤਾਂ ਉੱਥੇ ਹੀ ਹੈ ਉਹਨਾਂ ਦਾ ਹੀ ਜੀ ਜੀ ਕੇਰਲਾ ਨੇ ਜਦੋਂ ਇਹ ਲੱਗਾ ਕਿ ਵੀ ਇਹ ਜਿਹੜਾ ਇਹਦੇ ਚ ਵਾਟਰ ਲੈਵਲ ਜਿਹੜਾ ਇਹਨਾਂ ਨੇ ਉੱਚਾ ਚੁੱਕਿਆ ਉਹਨਾਂ ਨੇ ਕੇਰਲਾ ਇਰੀਗੇਸ਼ਨ ਐਂਡ ਵਾਟਰ ਕਨਜ਼ਰਵੇਸ਼ਨ ਐਮੈਂਡਮੈਂਟ ਐਕਟ 2006 ਪਾਸ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਵੀ ਹੁਣ ਅਸੀਂ ਕਿਉਂਕਿ ਉਹਦੇ ਥੱਲੇ ਅਸੀਂ ਡੈਮ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਆ ਇਹ ਜਿਹੜਾ ਤਮਨ ਲਾਰਡ ਉਹਨੂੰ ਉੱਚਾ ਨਹੀਂ ਕਰ ਸਕਦਾ ਕਿਉਂਕਿ ਡੈਮ ਜਿਹੜਾ ਉਹ ਸੁਰੱਖਿਅਤ ਨਹੀਂ ਹੈ ਇਸੇ ਦੌਰਾਨ ਇੱਕ ਕਦੀ ਵਾਰੀ ਕੋਈ ਟਰੈਮਰ ਵੀ ਆਇਆ ਔਰ ਉਹਨਾਂ ਨੇ ਉਹਨੂੰ ਆਧਾਰ ਬਣਾ ਕੇ ਯੂਨੀਨਿਮਸਲੀ ਜਿਵੇਂ ਪੰਜਾਬ ਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ 2004 ਸਾਰੀਆਂ ਪਾਰਟੀਆਂ ਨੇ ਯੂਨੀਨਿਮਸਲੀ ਪਾਸ ਕੀਤਾ ਸੀ ਇਸੇ ਤਰ੍ਹਾਂ 2006 ਦੇ ਵਿੱਚ ਔਰ ਸ਼ਾਇਦ ਕੇਰਲਾ ਵਾਲਿਆਂ ਨੂੰ ਵੀ ਸੈਕਟਰ ਦਾ ਪਤਾ ਸੀ ਕਿ ਪੰਜਾਬ ਨੇ ਕੀਤਾ ਇਸ ਲਾਈਨ ਤੋਂ ਉਹਨਾਂ ਨੇ ਕਿਹਾ ਜੀ ਨਹੀਂ ਕਿਉਂਕਿ ਡੈਮ ਦੀ ਸੇਫਟੀ ਖਤਰੇ 'ਚ ਪੈ ਸਕਦੀ ਹੈ ਔਰ ਤੁਸੀਂ ਜਿਹੜਾ ਇਹਨੂੰ ਨਹੀਂ ਹਾਈ ਕਰ ਸਕਦੇ ਔਰ ਅਸੀਂ ਇਹ ਐਕਟ ਪਾਸ ਕਰ ਦਿੰਦੇ ਜੀ ਤਮਿਲਨਾਡ ਨੇ ਇਸ ਐਕਟ ਦੇ ਖਿਲਾਫ ਕੇਰਲਾ ਇਰੀਗੇਸ਼ਨ ਐਂਡ ਵਾਟਰ ਕਨ ਸਰਵੇਸ਼ਨ ਐਕਟ ਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਸੀ ਕਿ ਵੀ ਇਹ ਫੈਸਲਾ ਆਣ ਤੋਂ ਬਾਅਦ ਕੀਤਾ ਗਿਆ ਔਰ ਸੁਪਰੀਮ ਕੋਰਟ ਦੇ ਇੱਕ ਫੁੱਲ ਕਨਸਟੀਟਿਊਸ਼ਨਲ ਜੱਜ ਨੇ ਇਸ ਦੇ ਉੱਤੇ ਫੈਸਲਾ ਦਿੰਦੇ ਆ ਕਿ ਕਿ ਵੀ ਜਿਹੜਾ ਫੈਸਲਾ ਪਹਿਲਾਂ ਦਿੱਤਾ ਸੀ ਇਸ ਦੇ ਉੱਤੇ ਉਹੀ ਕਾਇਮ ਰਹੇਗਾ ਇਹ ਫੈਸਲਾ ਉਸ ਤੋਂ ਬਾਅਦ ਆਇਆ ਔਰ ਇਹ ਮੰਨਣ ਯੋਗ ਨਹੀਂ ਹਾਲਾਂਕਿ ਉਹਨਾਂ ਨੇ ਦੋ ਤਿੰਨ ਮੈਂਬਰੀ ਕਮੇਟੀ ਬਣਾਈ ਕਿ ਜੀ ਡੈਮ ਦੀ ਉਹ ਪੀਰੀਆਡਿਕ ਜਾਂਚ ਕਰੇਗੀ ਦੇਖੇਗੀ ਉਹ ਸੇਫਟੀ ਹੈ ਨਹੀਂ ਹੈ ਪਰ ਇੱਕ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਕਿ ਜੇ ਆਲਰੇਡੀ ਸੁਪਰੀਮ ਕੋਰਟ ਦਾ ਕੋਈ ਫੈਸਲਾ ਆਇਆ ਹੋਇਆ ਜਿਵੇਂ ਇਸ ਡੈਮ ਦੇ ਮਾਮਲੇ 'ਚ ਆਇਆ ਹੈ ਜਾਂ ਸਤ루 ਯਮਨਾ ਲਿੰਕ ਨੈਰ ਦੇ ਮਾਮਲੇ 'ਚ ਆਇਆ ਜੀ ਉਸ ਤੋਂ ਬਾਅਦ ਜੇ ਕੋਈ ਐਕਟ ਸਟੇਟ પાસ ਵੀ ਕਰਦੀ ਹੈ ਉਹ ਐਕਟ ਵੀ ਬਣ ਜਾਂਦਾ ਹੈ ਬਿੱਲ ਹੁੰਦਾ ਹੈ ਬਿੱਲ ਜੋ گورنر ਸਾਈਨ ਕਰਦਾ ਐਕਟ ਬਣਦਾ ਤੇ ਉਸ ਨੂੰ ਨਹੀਂ ਮੰਨਿਆ ਜਾਏਗਾ ਸੋ ਅਸੀਂ ਸਮਝਦੇ ਆਂ ਵੀ ਇਹ ਖਤਰੇ ਦੀ ਘੰਟੀ ਹੈ ਇਹ ਫੈਸਲਾ ਜਿਹੜਾ ਵਿਸ਼ਾ ਕੇਰਲਾ ਦੇ ਵਿੱਚ ਵੀ ਇਸ ਫੈਸਲੇ ਤੇ ਹਾਹਾਕਾਰ ਮੱਚੀ ਹੈ ਪਰ ਜਦੋਂ ਇੱਕ ਪਾਸੇ ਗਵਰਨਮੈਂਟ ਇਨਜਸਟਿਸ ਕਰਦੀ ਹੈ ਫਿਰ ਤੁਹਾਡੇ ਕੋਲ ਅਦਾਲਤ ਹੈ ਸੁਪਰੀਮ ਕੋਰਟ ਹੈ ਜੀ ਜੀ ਤੇ ਹੁਣ ਤੱਕ ਇਹ ਆਸ ਰਹੀ ਹੈ ਕਿ ਜੀ ਸੁਪਰੀਮ ਕੋਰਟ ਜਿਹੜਾ ਫੈਸਲਾ ਹੈ ਉਹ ਰਾਈਪੇਰੀਅਨ ਲਾ ਇੰਟਰਨੈਸ਼ਨਲ ਰਾਈਪੇਰੀਅਨ ਲਾ ਇਹ ਹੈ ਵੀ ਜਿਹੜੀਆਂ ਸਟੇਟਾਂ ਜਿਨ੍ਹਾਂ ਦਰਿਆਵਾਂ ਦੇ ਕੰਢੇ ਤੇ ਨਹੀਂ ਉਹਨਾਂ ਦਾ ਹੱਕ ਬਣਦਾ ਇੰਟਰਨੈਸ਼ਨਲ ਲਾਅ ਤਾਂ ਇਹ ਹੈ ਕਿ ਦਰਿਆਵਾਂ ਦੇ ਕੰਢੇ ਜਿਹੜੇ ਲੋਕ ਵਸਦੇ ਨੇ ਕਿਉਂਕਿ ਜਦੋਂ ਦਰਿਆਵਾਂ 'ਚ ਹੜ ਆਂਦੇ ਨੇ ਉਹੀ ਸਫਰ ਕਰਦੇ ਨੇ ਇਸ ਲਈ ਉਹਨਾਂ ਦਾ ਹੀ ਉਹਦੇ ਤੇ ਹੱਕ ਬਣਦਾ ਸੋ ਅਸੀਂ ਸਮਝਦੇ ਹਾਂ ਵੀ ਸੁਪਰੀਮ ਕੋਰਟ ਨੇ ਤਾਮਿਲਨਾਡ ਨੂੰ ਫੇਵਰ ਕਰਕੇ ਔਰ ਉਸ ਐਕਟ ਨੂੰ ਜਿਹੜਾ ਕੇਰਲਾ ਨੇ 2006 'ਚ ਯੂਨਾਨੀਮਸਲੀ ਪਾਸ ਕੀਤਾ ਰਿਜੈਕਟ ਕਰਕੇ ਦੱਸ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਇਹੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਇਨੂੰ ਇਲੀਗਲ ਲਾੰਦੇਗੀ ਸੁਪਰੀਮ ਕੋਰਟ ਔਰ ਪੰਜਾਬ ਸਰਕਾਰ ਨੂੰ ਆਰਡਰ ਕਰੇਗੀ ਕਿ ਇਹ ਜਿਹੜੀ ਹੈ ਨਹਿਰ ਬਣਾਓ ਸੋ ਹੁਣ ਤੱਕ ਜੇ ਸੁੱਤੇ ਹੋਏ ਨੇ ਇਵਨ ਇਸ ਐਕਟ ਇਸ ਫੈਸਲੇ ਦੇ ਉੱਤੇ ਵੀ ਕੋਈ ਰਿਐਕਸ਼ਨ ਕਿਤੇ ਨਹੀਂ ਦੇਖਿਆ ਇਹ ਵੀ ਬੜੀ ਨਿੱਕੀ ਜਿਹੀ ਖਬਰ ਟ੍ਰਿਬਿਊਚ ਮੇਰੀ ਨਜ਼ਰ ਪਈ ਔਰ ਮੈਂ ਇਹਨੂੰ ਪਿਕ ਕੀਤਾ ਆਦਰਵਾਇਜ਼ ਵੀ ਕਿਤੇ ਡਿਸਕਸ਼ਨ ਨਹੀਂ ਹੋਈ ਜੀ ਜੀ ਸੋ ਇਹ ਆਉਣ ਵਾਲੇ ਦਿਨ ਇਹ ਦੱਸਦੇ ਨੇ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਜਿਹੜੀ ਸਾਡੀ ਪੰਜਾਬ ਦੇ ਪਾਣੀਆਂ ਦੀ ਅਗੋਂ ਲੁੱਟ ਹੈ ਉਦੈਲੇ ਇਹ ਕੇਰਲਾ ਦੇ ਮਾਮਲੇ ਦੇ ਉੱਤੇ ਫੈਸਲੇ ਨੇ ਰਾ 15 ਕਰ ਦਿੱਤੇ ਔਰ ਹਰਿਆਣਾ ਜਿਹੜਾ ਉਹ ਸਤਲੁਜ ਯਮਨਾ ਲਿੰਕ ਨਹਿਰਾਂ ਵੀ ਪਾਣੀ ਤਾਂ ਜਾਏਗਾ ਔਰ ਜਿਹੜੀ ਹਾਂਸੀ ਬਟਾਣਾ ਨਹਿਰ 109 ਕਿਲੋਮੀਟਰ ਲੰਬੀ ਬਣਾ ਕੇ ਮੇਨ ਲਾਈਨ ਦੇ ਉੱਤੇ ਆ ਕੇ ਖੜੀ ਕੀਤੀ ਹੋਈ ਹੈ ਉਹ ਫੈਸਲਾ ਵੀ ਹਰਿਆਣਾ ਦੇ ਹੱਥ ਚ ਜਾਏਗਾ ਜੀ ਬਿਲਕੁਲ ਸਰ ਜਿਹੜਾ ਆਣ ਵਾਲੇ ਦਿਨਾਂ ਚ ਵਾਪਰਨ ਵਾਲਾ ਜੀ ਡਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਨੇ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣੇ ਮਿਲਦੇ ਛੋਟੇ ਬ੍ਰੇਕ ਤੋਂ ਬਾ